ਉਹ ਜੀ ਉਦਾਸ ਹੀਰੋ ਇੱਕ ਲੌਂਗ ਸ਼ਾਟ ਚ ਗਲੀ ਚ ਜਾ ਰਿਹਾ ਏ ਤੇ ਉਹਦੇ ਤੇ ਓਵਰਲੈਪ ਹੋਇਆ ਕਿ ਮੈਨੂੰ ਖੁਦਕੁਸ਼ੀ ਕਰ ਲੈਣੀ ਚਾਹੀਦੀ। ਕਦੀ ਉਹ ਕਹਿ ਰਿਹਾ ਨਹੀਂ ਖੁਦਕੁਸ਼ੀ ਹਰਾਮ ਏ, ਕਦੀ ਕਹਿ ਰਿਹਾ ਨਹੀਂ ਇਸ ਭੁੱਖ ਨਾਲ ਚੰਗਾ ਖੁਦਕੁਸ਼ੀ ਕਰ ਲਵਾਂ, ਫਿਰ ਕਹਿ ਰਿਹਾ ਨਹੀਂ ਦਲੇਰ ਹੋ। ਇਹ ਸਭ ਓਵਰਲੈਪ ਹੋ ਰਿਹਾ ਤੇ ਉਹਨੇ ਕਿਹਾ ਕਿ ਕਰਨੀ ਖੁਦਕੁਸ਼ੀ ਏ ਮਗਰ ਕਰਨੀ ਕਿਸੇ ਅਨੋਖੇ ਤਰੀਕੇ ਨਾਲ ਏ। ਇੱਕਦਮ ਉਹਨੇ ਸੋਚਿਆ ਕਿ ਮੈਂ ਜਾ ਕੇ ਸਰਕਸ ਦੇ ਸ਼ੇਰਾਂ ਦੇ ਅੱਗੇ ਆਪਣੇ ਆਪ ਨੂੰ ਸੁੱਟ ਲੈਣਾ। ਜਦੋਂ ਇਹ ਉਹਦੇ ਜ਼ਿਹਨ ਚ ਆਇਆ ਤੇ ਅਸੀਂ ਉਹਨੂੰ ਦੌੜਾਇਆ ਗਲੀ ਦੇ ਵਿੱਚ, ਉਧਰੋਂ ਸ਼ਾਟ ਆ ਰਹੇ ਨੇ ਸ਼ੇਰ ਪਿੰਜਰੇ ਚ ਟੁਰ ਰਿਹਾ, ਉਧਰੋਂ ਸ਼ਾਟ ਆ ਰਿਹਾ ਹੀਰੋ ਮੇਰਾ ਗਲੀ ਚ ਦੌੜ ਰਿਹਾ, ਉਧਰੋਂ ਸ਼ਾਟ ਆ ਰਿਹਾ ਸ਼ੇਰ ਪਿੰਜਰੇ ਚ ਟੁਰ ਰਿਹਾ, ਉਧਰੋਂ ਸ਼ਾਟ ਆ ਰਿਹਾ ਹੀਰੋ ਗਲੀ ਚ ਦੌੜ ਰਿਹਾ। ਤਤ ਕਰਕੇ ਅਸੀਂ ਬਹਾਨੇ ਆ ਕਿ ਆ ਕੇ ਉਹ ਸ਼ੇਰ ਦੇ ਪਿੰਜਰੇ ਦੇ ਨਾਲ ਵੱਜਿਆ, ਜਿਹਨੇ ਆਪਣੀ ਬਾਂਹ ਪਿੰਜਰੇ ਚ ਵਾੜਤੀ। ਉਹਨੇ ਬਾਂਹ ਵਾੜੀ ਤੇ ਸ਼ੇਰ ਨੇ ਉਹਦੇ ਐਕਸਪ੍ਰੈਸ਼ਨ ਦੇਖੇ ਨੇ, ਸ਼ੇਰ ਨੂੰ ਤਰਸ ਆਇਆ, ਸ਼ੇਰ ਨੇ ਆਪਣੀ ਕਨਾਲੀ ਚੋਂ ਬੋਟੀ ਚੁੱਕ ਕੇ ਤੇ ਉਹਦੇ ਹੱਥ ਚ ਫੜਾ ਦਿੱਤੀ। ਕਲੈਪ ਵਾਲਾ ਸੀਨ ਕਲੈਪ ਜੀ, ਸ਼ੇਰ ਨੇ ਤਰਸ ਖਾ ਕੇ ਬੋਟੀ ਦਿੱਤੀ ਜਾਂ ਬਾਸੀ ਹੋ ਗਿਆ ਸੀ ਗੋਸ਼ਤ? ਉਹ ਨਹੀਂ ਚੀਤੇ ਬੇਟੇ, ਤਾਜ਼ਾ ਗੋਸ਼ਤ ਤਾਜ਼ਾ। ਇਹ ਹੀਰੋ ਦੇ ਆਉਣ ਤੋਂ ਅੱਧਾ ਘੰਟਾ ਪਹਿਲੇ ਭਰਜਾਈ ਸ਼ੇਰ ਨੀ ਖੁਦ ਲੈ ਕੇ ਆਈਏ। ਲਓ ਜੀ ਹੀਰੋ ਨੇ ਬੋਟੀ ਫੜੀ ਹੈ ਔਰ ਚਲਾ ਗਿਆ ਰੇਚ ਦੇ ਪਿੰਜਰੇ ਵਾਲ। ਅੱਛਾ, ਉਹਨੇ ਕਿਹਾ ਮੈਂ ਮੰਗਿਆ ਗੋਸ਼ਤ ਆਪ ਨੀ ਖਾ ਸਕਦਾ, ਮੈਂ ਇਹ ਰਿੱਛ ਨੂੰ ਖਵਾ ਦਿੰਦਾ। ਵਾਹ ਜੀ ਵਾਹ। ਉਹਨੇ ਰਿੱਛ ਦੇ ਪਿੰਜਰੇ ਕੋਲ ਜਾ ਕੇ ਤੇ ਬੋਟੀ ਉਹਦੇ ਪਿੰਜਰੇ ਛੁੱਟੀ ਏ, ਹੀਰੋ ਪਰਤਣ ਲੱਗਾ ਤੇ ਪਿੱਛੋਂ ਰਿੱਛ ਨੇ ਆਵਾਜ਼ ਮਾਰੀ, ਉਹ ਗੱਲ ਸੁਣੋ ਕਾਕਾ, ਇਹ ਫੜ ਆਪਣੀ ਬੋਟੀ ਪੁੱਤਰ, ਮੈਨੂੰ ਡਾਕਟਰ ਨੇ ਮਟਨ ਮਨਾ ਕੀਤਾ ਹੈ। ਇਹ ਬੇਟੇ ਸਿਰਫ ਫਿਸ਼ ਖਾਨਾ, ਲੈ ਜਾ ਆਪਣੀ ਬੋਟੀ। ਹੀਰੋ ਰਿੱਛ ਕੋਲੋਂ ਬੋਟੀ ਫੜ ਕੇ ਅਗਾਂਹ ਗਿਆ ਤੇ ਉਹਨੇ ਵੇਖਿਆ ਕਿ ਪਿੰਜਰੇ ਦੇ ਅੰਦਰ ਸੀਖਾਂ ਫੜ ਕੇ 5-6 ਬਾਂਦਰ ਖਲੋਤੇ। ਹੀਰੋ ਉਹਨਾਂ ਦੇ ਪਿੰਜਰੇ ਕੋਲ ਗਿਆ ਤੇ ਉਹਨੇ ਜਾ ਕੇ ਪੁੱਛਿਆ ਉਹ ਕੀ ਖਾਂਦੇ? ਉਹਨਾਂ ਕਹਿ ਦੀ ਛੋਲੇ ਖਾਂਦੇ ਆ, ਜਾਂ ਕੋਈ ਸਿੱਟਾ ਜੇਬ ਚ ਹੈ ਜੇ ਤੇ ਉਹ ਦੇ ਦਿਓ, ਉਹ ਵੀ ਸਾਦਾ ਹੋਣਾ ਚਾਹੀਦਾ, ਲੂਣ ਮਿਰਚਾਂ ਦਾ ਹੋਇਆ ਤੇ ਉਹ ਨੀ ਮੈਂ ਲੈਣਾ, ਕਿਉਂਕਿ ਇੱਕ ਵਾਰੀ ਮਿਰਚਾਂ ਵਾਲੀ ਛੱਲੀ ਖਾ ਬੈਠਾ ਸਾਂ, 6 ਦਿਨ ਮੈਨੂੰ ਖਾਂਸੀ ਨੀ ਸੀ ਗਈ। ਔਰ ਬਾਂਦਰ ਖੰਘਦਾ ਹੋਇਆ ਕਿੱਡਾ ਬੁਰਾ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ। ਨਹੀਂ ਜੀ, ਬਾਂਦਰੀ ਨੂੰ ਵੀ ਸ਼ੱਕ ਹੋਣ ਲੱਗ ਪੈਂਦਾ ਕਿ ਕਿਧਰੇ ਇਹਨੇ ਸਿਗਰਟ ਨਹੀਂ ਸ਼ੁਰੂ ਕਰਤੇ। ਲਓ ਜੀ, ਇਹ ਸਾਰਾ ਮੰਜ਼ਰ ਸਰਕਸ ਦਾ ਮਾਲਕ ਆਪਣੇ ਤੰਬੂ ਚ ਬਹਿ ਕੇ ਸੀਸੀਟੀਵੀ ਕੈਮਰੇ ਤੇ ਦੇਖ ਰਿਹਾ। ਉਹ ਬੜਾ ਮੁਤਾਸਰ ਹੋਇਆ, ਉਹਨੇ ਕਿਹਾ ਯਾਰ ਇਹ ਸ਼ੇਰਾਂ ਦਾ ਵੀ ਦੋਸਤ ਏ ਮੁੰਡਾ, ਇਹਨੂੰ ਰਿੱਛ ਵੀ ਕੁਛ ਨੀ ਕਹਿਣ ਡੇ ਆ, ਬਾਂਦਰ ਵੀ ਇਹਦੇ ਨਾਲ ਹਸਣ ਖੇਡਣ ਡਏ ਨੇ, ਇਹਨੂੰ ਅਗਰ ਮੈਂ ਰਿੰਗ ਮਾਸਟਰ ਬਣਾ ਲਵਾਂ ਤੇ ਬੜੀਆਂ ਕਲੈਪਾਂ ਹੋਣ, ਲੋਕੀ ਤੇ ਧੜਾ ਧੜ ਟਿਕਟਾਂ ਲੈਣ, ਕਿਹੜਾ ਇਨਸਾਨ ਆ ਗਿਆ ਜਿਹਦੇ ਨਾਲ ਹਰ ਜਾਨਵਰ ਹੀ ਫ੍ਰੀ ਏ।